ਅਖਬਾਰਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਔਰ ਮੈਂ ਇਹਨਾਂ ਨਾਲ ਬੈਠ ਕੇ ਗੱਲ ਕੀਤੀ ਹੈ ਕਿ ਜਿਹੜੀ ਚੀਜ਼ ਹੋਈ ਹੈ ਗਲਤ ਹੋਈ ਆ। ਟਿਕਟ ਲੈਣੀ ਆ ਕਿ ਜਾਂ ਫਿਰ ਕੋਈ ਹੋਰ ਅਹੁਦਾ ਲਿਆਉਂਗੇ? ਮੇਰਾ ਸਟੈਂਡ ਹਾਲੇ ਵੀ ਉਹੀ ਹੈ ਕਿ ਜੇ ਮੇਰੇ ਸਾਥੀ ਪਰਿਵਾਰ ਕਹਿਣਗੇ ਕਿ ਜਿੱਦਾਂ ਵੀ ਉਹ ਕਹਿਣਗੇ ਮੈਂ ਉੱਦਾਂ ਕਰਨੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੁੱਸਣ ਅਤੇ ਮਨਾਉਣ ਦੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਕਾਂਗਰਸ ਦੇ ਜਲੰਧਰ ਤੋਂ ਸੀਨੀਅਰ ਲੀਡਰ ਮਹਿੰਦਰ ਸਿੰਘ KP ਹੋਣਾ ਨੂੰ ਟਿਕਟ ਨਹੀਂ ਦਿੱਤੀ। ਉਹਨਾਂ ਨੇ ਬਗਾਵਤ ਦਾ ਰਾਹ ਅਖਤਿਆਰ ਕਰ ਲਿਆ ਸੀ ਅਤੇ ਅੱਜ ਉਹਨਾਂ ਨੂੰ ਮਨਾਉਣ ਦੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਗਟ ਸਿੰਘ ਹੋਣੀ ਪਹੁੰਚੇ ਨੇ। ਗੱਲਬਾਤ ਕਰਦੇ ਹਾਂ ਕਿ ਇਹ ਮਿਲਣੀ ਦਾ ਕੀ ਮਤਲਬ ਹੈ। ਸਰ ਪਹਿਲਾਂ ਇਹ ਦੱਸੋ, ਤੁਸੀਂ ਪਰਸਨਲ ਤੌਰ 'ਤੇ ਆਏ ਹੋ ਜਾਂ ਕੈਪਟਨ ਸਾਹਿਬ ਦੇ ਕਹਿਣ 'ਤੇ ਆਏ ਹੋ? ਮੇਰੀ ਗੱਲ ਸੁਣ, ਪਹਿਲੀ ਜਿਹੜੀ ਤੁਸੀਂ ਬਗਾਵਤ ਕਹੀ ਹੈ ਇਹ ਤਾਂ ਨਾ ਇਹਨਾਂ ਨੇ ਕੀਤੀ ਹੈ ਅਤੇ ਨਾ ਇਹਨਾਂ ਦੇ ਮਨ 'ਚ ਆ। ਇਹ ਤੁਸੀਂ ਗਲਤ ਵਰਡ ਕਿਹਾ ਬਗਾਵਤ ਵਾਲਾ। ਤੁਸੀਂ ਦੱਸੋ, ਦਿਲ 'ਤੇ ਹੱਥ ਰੱਖ ਕੇ ਦੱਸਿਓ ਕਿ ਜੋ ਪਾਰਟੀ ਨੇ ਸਹੀ ਕੀਤਾ ਜਾਂ ਠੀਕ ਕੀਤਾ। ਇਹਨਾਂ ਦੀ ਉਹ ਗੱਲ ਛੱਡੋ, ਤੁਸੀਂ ਬਗਾਵਤ ਦੀ ਗੱਲ ਮੇਰੇ ਨਾਲ ਕਰੋ। ਮੇਰੇ ਨਾਲ ਜਿਹੜੀ ਉਹ ਬਗਾਵਤ ਦੀ ਗੱਲ ਕਰੋ ਜਿਹੜੀ ਤੁਸੀਂ ਆਖਿਆ ਬਗਾਵਤ, ਉਹਨਾਂ ਨੇ ਕਿਤੇ ਮੈਂ ਬਗਾਵਤ ਦਾ ਤੁਹਾਡਾ ਜਵਾਬ ਦਿੱਤਾ ਕਿ ਬਗਾਵਤ ਜਿਹੜੀ ਹੈ ਉਹਦੀ ਨਹੀਂ। ਮੈਂ ਅੱਜ ਤਾਂ ਆਪਣੀ ਪਰਸਨਲ ਕਪੈਸਿਟੀ 'ਚ ਆਇਆ ਕਿਉਂਕਿ ਸਾਡਾ ਔਰ ਮੇਰਾ ਅਤੇ KP ਸਾਹਿਬ ਦਾ ਅੱਜ ਤੋਂ ਨਹੀਂ, ਮੇਰੇ ਕੋਲ 80 ਦੇ ਵਿੱਚ ਬਹੁਤ ਦੇਰ ਤੋਂ 80 ਦੇ ਵਿੱਚ ਜਦੋਂ ਇਕੱਠੇ ਮਿਨਿਸਟਰ ਬਣੇ ਆਈ ਉਦੋਂ ਦੇ ਛੋਟੇ ਉਹਦੇ ਇਕੱਠੇ ਰਹੇ ਹਾਂ ਅਤੇ ਜਿਸ ਵੇਲੇ ਮੈਂ ਮੇਰੇ ਮਨ ਵੀ ਇਹ ਹੈਗੀ ਹੈ ਕਿ ਪੁਰਾਣੇ ਪਰਿਵਾਰਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਔਰ ਮੈਂ ਇਹਨਾਂ ਨਾਲ ਬੈਠ ਕੇ ਗੱਲ ਕੀਤੀ ਹੈ ਕਿ ਜਿਹੜੀ ਚੀਜ਼ ਹੋਈ ਹੈ ਗਲਤ ਹੋਈ ਆ। ਪਰ ਅਸੀਂ ਕਾਂਗਰਸੀ ਪਰਿਵਾਰ ਹਾਂ, ਸਾਡੇ ਪਰਿਵਾਰ ਜਿਹੜੇ ਨੇ ਕਦੀ ਵੀ ਕਾਂਗਰਸ ਨੂੰ ਪਿੱਠ ਨਹੀਂ ਦਿੰਦੇ। ਅੱਛਾ ਸਰ, ਅੱਜ ਸਾਹਮਣੇ ਹੈਗੇ ਨੇ ਸਰ, ਤੁਸੀਂ ਆਪਣਾ ਦੁੱਖ ਸਾਹਮਣੇ ਦੱਸੋ ਇਹਨਾਂ ਨੂੰ ਵੀ ਹੈ ਕੀ, ਤੁਹਾਡੇ ਮਨ 'ਚ ਕੀ ਆ? ਨਹੀਂ, ਜੋ ਵੀ ਮੈਨੂੰ ਮੇਰੀਆਂ ਕਹਿ ਲਓ ਸ਼ਿਕਵੇ ਆ ਉਹ ਮੈਂ ਇਹਨਾਂ ਨੂੰ ਅੰਦਰ ਦੱਸ ਦਿੱਤੀਆਂ ਹੈਗੀਆਂ। ਇਹ ਸਾਡਾ ਰੰਧਾਵਾ ਸਾਹਿਬ ਨਾਲ ਮੇਰੇ ਪਿਤਾ ਜੀ ਅਤੇ ਵੱਡੇ ਰੰਧਾਵਾ ਸਾਹਿਬ, ਮੇਰਾ ਖਿਆਲ ਆ ਕਿ ਜਦ ਤੋਂ ਦੇਸ਼ ਆਜ਼ਾਦ ਹੋਇਆ, ਜਦ ਰਾਜਨੀਤਿਕ ਸਿਸਟਮ ਚੱਲਿਆ, ਉਦੋਂ ਤੋਂ ਇਕੱਠੇ ਚੱਲ ਰਹੇ ਸੀ। ਇਹਨਾਂ ਨੂੰ ਵੀ ਇਸ ਗੱਲ ਦਾ ਮਹਿਸੂਸ ਹੋਇਆ ਵੀ ਇਹ ਜਿਹੜਾ ਗਲਤ ਹੋਇਆ, ਇਹ ਆਏ ਆ, ਅਸੀਂ ਇਹਨਾਂ ਨੂੰ ਆਪਣੀ ਗੱਲ ਦੱਸ ਦਿੱਤੀ ਆ ਵੀ ਤੁਸੀਂ ਜਾ ਕੇ ਹਾਈਕਮਾਂਡ ਨਾਲ ਗੱਲ ਕਰ ਲਓ ਵੀ ਆਹ ਸਾਡੇ ਸ਼ਿਕਵੇ ਆ, ਜਾਂ ਕਹਿ ਲਓ ਸ਼ਿਕਵਾ ਨਹੀਂ ਅਸੀਂ ਕਹਿ ਸਕਦੇ, ਲੇਕਿਨ ਜੋ ਜੋ ਗੱਲਾਂ ਇਹਨਾਂ ਦੇ ਨਾਲ ਕੀਤੀਆਂ ਇਹਨਾਂ ਨੇ ਆਪੇ ਹਾਈਕਮਾਂਡ ਨਾਲ ਕਰਨਗੇ। ਅਤੇ ਮੇਰੇ ਵੱਡੇ ਬ੍ਰਦਰ, ਮੈਂ ਜਿੱਦਾਂ ਕੱਲ੍ਹ ਵੀ ਇਹੀ ਗੱਲ ਕਹੀ ਸੀਗੀ, ਮੇਰੀ ਫੈਮਲੀ ਹਲੇ ਪਹੁੰਚੀ ਨਹੀਂ ਇੱਥੇ, ਜਦੋਂ ਮੇਰੀ ਫੈਮਲੀ ਆ ਗਈ ਫਿਰ ਰੰਧਾਵਾ ਸਾਹਿਬ ਨੂੰ ਵੀ ਮੈਂ ਕਿਹਾ ਵੀ ਤੁਸੀਂ ਸਾਡੇ ਫੈਮਲੀ ਦੇ ਮੈਂਬਰ ਹੋ, ਜਿੱਦਣ ਉਹ ਆ ਗਏ ਇਹਨਾਂ ਦੇ ਨਾਲ ਬੈਠ ਕੇ ਜੋ ਫੈਮਲੀ ਫੈਸਲਾ ਕਰੂਗੀ ਉਸੇ ਕਰੋ। ਅੱਛਾ ਰੰਧਾਵਾ ਸਾਹਿਬ, ਅੱਜ ਤੁਸੀਂ ਪਰਸਨਲ ਆਏ ਹੋ ਮੀਟਿੰਗ, ਮਤਲਬ ਪਰਸਨਲ ਮੀਟਿੰਗ ਕਰਨ ਆਏ, ਪਰ ਇਹਦਾ ਕੋਈ ਅਸਰ ਤਾਂ ਨਹੀਂ ਹੋਊਗਾ ਕਿਉਂਕਿ ਉਹਨਾਂ ਦੀ ਮੰਗ ਇਹ ਹੈ ਕਿ ਮੈਨੂੰ ਟਿਕਟ ਦਿੱਤੀ ਜਾਵੇ। ਤੁਹਾਨੂੰ ਇਹ ਤੁਹਾਨੂੰ ਕੀ ਪਤਾ ਕਿ ਉਹਦਾ ਅਸਰ ਨਹੀਂ, ਤੁਸੀਂ ਨਾਲ ਬੈਠੇ ਸੀ ਮੇਰੇ, ਇਸ ਕਰਕੇ ਜਿਹੜੀ KP ਸਾਹਿਬ ਨੇ ਜਿਹੜੀ ਗੱਲ ਕੀਤੀ ਪਰਿਵਾਰ ਨੇ ਆਉਣਾ, ਅਸੀਂ ਬੈਠ ਕੇ ਕਰਾਂਗੇ ਉਹਦੇ ਬਾਅਦ ਦੱਸ। ਤੁਸੀਂ ਇਸ ਮਾਮਲੇ ਨੂੰ ਕੈਪਟਨ ਅਮਰਿੰਦਰ ਸਿੰਘ ਜਾਂ ਰਾਹੁਲ ਗਾਂਧੀ ਤੱਕ ਪਹੁੰਚਾਉਂਗੇ? ਮੈਂ ਤੁਹਾਨੂੰ ਦੋ ਵਾਰੀ ਕਹਿ ਤਾ, ਹੁਣ ਤੀਜੀ ਵਾਰ ਫੇਰ ਕਹਿ ਦਿੰਦਾ ਕਿ ਉਹਨਾਂ ਨੂੰ ਮੈਂ ਜਾ ਕੇ ਗੱਲ ਕਰਾਂ। ਪਹਿਲਾਂ ਵੀ ਮੈਂ ਮੇਰੇ ਖਿਆਲ ਸਟਾਰਟਿੰਗ 'ਚ ਵੀ ਇਹੋ ਗੱਲ ਕਹੀ ਆ ਕਿ ਉਹਨਾਂ ਦੇ ਸਾਰਿਆਂ ਦੀ ਨੌਲੇਜ 'ਚ ਲਿਆਂਦਾ ਜਾਏਗਾ। ਇਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ, ਪ੍ਰਧਾਨ ਸਾਹਿਬ ਕਿਉਂ ਨਹੀਂ ਆਏ ਆਪ, ਕਿਉਂਕਿ ਉਹਨਾਂ ਦੇ ਲੈਵਲ ਦੇ ਆ? ਜਾਖੜ ਸਾਹਿਬ ਕਿਉਂ ਨਹੀਂ? ਜਾਖੜ ਸਾਹਿਬ ਦਿੱਲੀ ਨੇ ਅਤੇ ਮੇਰੇ 'ਚ ਤਾਂ ਮੇਰੇ ਖਿਆਲ ਜਾਖੜ 'ਚ ਬਹੁਤਾ ਫਰਕ ਨਹੀਂ। ਸਾਡੇ ਜਿਹੜੇ ਪਰਿਵਾਰ ਨੇ ਪੁਰਾਣੇ ਕਾਂਗਰਸੀ, ਅਸੀਂ ਆਪਣੇ ਨੂੰ ਇੱਕ ਦੂਜੇ ਨੂੰ ਪ੍ਰਧਾਨ ਨਹੀਂ ਸਮਝਦੇ, ਅਤੇ ਜਦੋਂ ਇਹ ਪ੍ਰਧਾਨ ਸੀਗੇ ਇਹ ਮੇਰੇ ਕੋਲ ਜਾਂ ਮੈਂ ਇਹਨਾਂ ਦੇ ਕੋਲ, ਅਸੀਂ ਕਦੀ ਆਪਣੇ 'ਚ ਇਹੋ ਜਿਹੀ ਚੀਜ਼ ਨਹੀਂ ਸਮਝੀ। ਇਹ ਬਣ ਕੇ ਪ੍ਰਧਾਨ ਮੈਂ ਬਣ ਜਾ, ਸੁਨੀਲ ਜਾਖੜ ਬਣ ਜਾ, ਸਾਡੇ ਆਪਣੇ ਪਰਿਵਾਰ ਨੇ, ਅਸੀਂ ਪ੍ਰਧਾਨ ਕੀ ਨਹੀਂ। ਮੇਰੇ ਖਿਆਲ ਕਿ ਸੁਨੀਲ ਜਾਖੜ ਹੋਣੀ ਵੀ ਜਦੋਂ ਮੈਂ ਆ ਗਿਆ ਤਾਂ ਇਹਦਾ ਮਤਲਬ ਸੁਨੀਲ ਜਾਖੜ ਵੀ ਪਹੁੰਚ ਗਿਆ। ਅੱਛਾ ਸਰ, ਅੱਜ ਜਿਹੜਾ ਕੱਲ੍ਹ ਨਾਲੋਂ ਥੋੜ੍ਹਾ ਜਿਹਾ ਖੁਸ਼ ਲੱਗ ਰਹੇ ਹੋ ਤੁਸੀਂ, ਤੁਹਾਡੀ ਹੁਣ ਮੰਗ ਕੀ ਆ? ਟਿਕਟ ਲੈਣੀ ਆ ਕਿ ਜਾਂ ਫਿਰ ਕੋਈ ਹੋਰ ਅਹੁਦਾ ਲਿਆਉਂਗੇ? ਨਹੀਂ ਨਹੀਂ, ਕੋਈ ਇੱਦਾਂ ਦੀ ਗੱਲ ਨਹੀਂ। ਮੈਂ ਅਸੀਂ ਕਾਂਗਰਸੀ ਪਰਿਵਾਰ ਨੂੰ ਦੱਸ ਦਿੱਤਾ, ਪਰ ਨਾਲ ਨਾਲ ਮੇਰਾ ਸਟੈਂਡ ਹਾਲੇ ਵੀ ਉਹੀ ਆ ਕਿ ਜੇ ਮੇਰੇ ਸਾਥੀ ਪਰਿਵਾਰ ਕਹਿਣਗੇ ਕਿ ਜਿੱਦਾਂ ਵੀ ਉਹ ਕਹਿਣਗੇ ਮੈਂ ਉੱਦਾਂ ਕਰਨੀ ਆ। ਮੈਂ ਅੱਜ ਵੀ ਇਹੀ ਕਹੂੰਗਾ, ਜੋ ਮੇਰਾ ਪਰਿਵਾਰ ਜੋ ਮੇਰੇ ਸਾਥੀ ਕਹਿਣਗੇ, ਇਹ ਮੈਨੂੰ ਕਹਿ ਖੂ ਛਾਲ ਮਾਰਦੇ, ਮੈਂ ਛਾਲ ਮਾਰ ਦੂੰ। ਅਤੇ ਆਖਰੀ 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 ਸਵਾਲ ਆ, ਆਖਰੀ ਆਖਰੀ ਸਵਾਲ ਆ, ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਸੀ ਕਿ ਕੈਪ ਜਿਹੜੀ ਅਕਾਲੀਆਂ ਨਾਲ ਵੀ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਅਤੇ ਆਜ਼ਾਦ ਵੀ ਉਮੀਦਵਾਰੇ ਖੜ੍ਹੇ ਹੋ ਸਕਦੇ ਆ, ਤੁਸੀਂ ਅੱਜ ਮੰਨ ਲਈਏ ਕਿ ਇਹਨਾਂ ਨੂੰ ਨਹੀਂ ਜਾਣ ਦੋਗੇ ਕਿਸੇ ਪਾਸੇ? ਯਾਰ, ਸੂਤਰ ਤਾਂ ਕਈ ਕੋਈ ਦੱਸਦੇ ਨੇ, ਸੂਤਰ ਤਾਂ ਇਹ ਵੀ ਕਹਿੰਦੇ ਨੇ ਕਿ ਵਿਕਰਮ ਜੀਠੀ ਨਾਲੋਂ ਵੱਧ ਕੇ ਨੇ ਸਮੈਕ ਨਹੀਂ ਵੇਚੀ, ਇਹਦੇ ਕਰਕੇ ਕਾਂਗਰਸੀ ਪਰਿਵਾਰ ਇਹ ਜਿਹੜਾ ਮਰਜ਼ੀ ਕੋਈ ਤੁਰਿਆ ਫਿਰੇ ਇਹ ਥੋੜ੍ਹੀ ਅਸੀਂ ਕਰ ਦਾਂਗੇ। ਬਾਅਦ ਗੱਲਬਾਤ ਕਰ ਲਈ। ਸੋ ਇਹ ਨੇ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ ਕਿਤੇ ਨਹੀਂ ਜਾਣ ਦੇਵਾਂਗੇ, ਕਿਉਂਕਿ ਸੂਤਰਾਂ ਤੋਂ ਇਹ ਖਬਰਾਂ ਆ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੀ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ, ਉਹ ਜੁਆਇਨ ਕਰ ਸਕਦੇ ਨੇ ਜਾਂ ਫਿਰ ਆਜ਼ਾਦ ਮਹਿੰਦਰ ਸਿੰਘ KP ਚੋਣ ਲੜ ਸਕਦੇ ਆ, ਪਰ ਅੱਜ ਸੁਖਜਿੰਦਰ ਰੰਧਾਵਾ ਹੋਣਾ ਨੇ ਉਹਨਾਂ ਨੂੰ ਥਾਪੜਾ ਦਿੱਤਾ ਹੈ ਅਤੇ ਨਾਲ ਆਪਣੇ ਰੱਖੀਏ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹ ਸਾਡਾ ਪਰਿਵਾਰਕ ਸਾਂਝ ਹੈ, ਅਸੀਂ ਇਹਨਾਂ ਨੂੰ ਬਾਹਰ ਨਹੀਂ ਜਾਣ ਦਿਆਂਗੇ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।